ਤੇ ਸੈਂਟਰ ਦੀ ਸਰਕਾਰ ਨੇ ਲੋਕਾਂ ਨੂੰ ਭੰਡਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਖਾਲਿਸਤਾਨੀ ਆ, ਵੱਖਵਾਦੀ ਆ, ਵਿਚੋਲੀਏ, ਪਤਾ ਨਹੀਂ ਕੀ ਕੀ ਆ। ਕਿ ਪੰਜਾਬ ਦੇ ਲੋਕ ਇਹੋ ਜਿਹੇ ਲੋਕ ਨੇ ਜਿਹੜਾ ਆਪਣਾ ਵੀ ਹੱਕ ਲੈਣਾ ਜਾਣਦੇ ਨੇ ਤੇ ਦੂਸਰਿਆਂ ਲੋਕਾਂ ਨੂੰ ਹੱਕ ਲੈ ਕੇ ਦੇਣਾ। 12 ਨੂੰ ਅੰਮ੍ਰਿਤਸਰ ਦੇ ਵਿੱਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਚੌਥਾ ਜਥਾ ਗੋਲਡਨ ਗੇਟ ਤੋਂ ਲੈ ਕੇ ਬਿਆਸ ਪੁੱਲ ਤੱਕ ਅੰਮ੍ਰਿਤਸਰ ਦਾ ਤੁਰੂਗਾ। ਅਗਲੇ ਜਥੇ ਜਿਹੜੇ ਆ, ਅਗਲੇ ਬੰਨੇ ਕਪੂਰਥਲੇ, ਭਲੱਤ ਤੋਂ ਰਲ ਸਕਦੇ ਆ, ਗਾਹਾਂ ਜਲੰਧਰ ਆ, ਲੁਧਿਆਣਾ ਵਾ, ਪੰਜਾਬ ਦੇ ਹੋਰ ਹਿੱਸੇ ਸ਼ਾਮਿਲ ਹੋਣਗੇ। ਇਹਦੋਂ ਗਾਹ ਪੰਜਵਾਂ ਜਥਾ ਸਾਡਾ 20 ਜਨਵਰੀ ਨੂੰ ਤਰਨ ਤਾਰਨ ਦਾ ਅਤੇ ਹੋਰ ਨਾ ਪੰਜਾਬ ਦਾ ਰਵਾਨਾ ਹੋਊਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਮਾਰੂ ਨੀਤੀਆਂ ਦੇ ਬਿੱਲਾਂ ਅਤੇ ਮੋਦੀ ਦੀਆਂ ਤਸਵੀਰਾਂ ਨੂੰ ਪੁੱਗਾ ਲਗਾ ਕੇ ਲੋਹੜੀ ਦਾ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਸੈਨਿਕ ਗਣਤੰਤਰ ਦਿਵਸ ਤੇ ਪਰੇਡ ਕਰਨਗੇ ਅਤੇ ਦੂਜੇ ਪਾਸੇ ਕਿਸਾਨ ਟਰੈਕਟਰਾਂ ਦਾ ਮਾਰਚ ਕੱਢ ਕੇ ਸਾਰੀ ਦੁਨੀਆ ਨੂੰ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰਕੇ ਵਿਖਾਣਗੇ ਅਤੇ ਉਸ ਦਿਨ ਮੋਦੀ ਸਰਕਾਰ ਦੇ ਜੜਾ ਹਿਲਾ ਕੇ ਰੱਖ ਦੇਣਗੇ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਵਰਨ ਸਿੰਘ ਪੰਦੇਰ ਨੇ ਕਿਹਾ ਕਿ ਇਸ ਵਾਰ ਲੋਹੜੀ ਦੇ ਤਿਉਹਾਰ ਤੇ ਪੂਰੇ ਵਿਸ਼ਵ ਵਿਖੇ ਕਿਸਾਨ ਮਾਰੂ ਬਿੱਲਾਂ ਦੀਆਂ 13 ਕਰੋੜ ਕਾਪੀਆਂ ਫੂਕੀਆਂ ਜਾਣਗੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ 12 ਤਰੀਕ ਤੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਅਤੇ ਵੱਖ ਵੱਖ ਦਿਨ ਪੂਰੇ ਪੰਜਾਬ ਦੇ ਵਿੱਚੋਂ ਵੱਡੇ ਜਥੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਤੇ ਪੰਜਾਬ ਦੇ ਸਾਬਕਾ ਫੌਜੀਆਂ ਅਤੇ ਅਧਿਕਾਰੀਆਂ ਨੂੰ ਵੀ ਅਪੀਲ ਕਰਦੇ ਹਨ ਇਸ ਅੰਦੋਲਨ ਦਾ ਹਿੱਸਾ ਬਣਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨਗਲ ਬੋਲਦਾ ਜੀ। ਇਹ ਜੋ ਅੱਜ ਇੱਥੇ ਭੁੱਗੇ ਦੇ ਰੂਪ ਦੇ ਵਿੱਚ ਤੁਸੀਂ ਵੇਖ ਰਹੇ ਜੇ, ਇਹ ਆਪਣਾ ਜਿਹੜੇ ਕਾਲੇ ਕਾਨੂੰਨ ਲਿਆਉਂਦੇ ਨੇ, ਉਹ ਕਾਲੇ ਕਾਨੂੰਨਾਂ ਨੂੰ ਜਿਹੜਾ ਵਾ ਉਹਨਾਂ ਦੀਆਂ ਕਾਪੀਆਂ ਸਾੜ ਕੇ ਅਤੇ ਰੋਸ ਵਜੋਂ ਜਿਹੜਾ ਰੋਸ ਪ੍ਰਗਟ ਕੀਤਾ ਜਾ ਰਿਹਾ। ਲਗਾਤਾਰ 7.5 ਮਹੀਨੇ ਹੋ ਗਏ ਨੇ ਲੋਕ ਸੰਘਰਸ਼ ਦੇ ਮੈਦਾਨ ਦੇ ਵਿੱਚ ਬੈਠੇ ਨੇ। 6 ਮਹੀਨੇ ਲਗਾਤਾਰ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਨਹੀਂ, ਆਮ ਵਰਗ ਪੰਜਾਬ ਦਾ ਜਿਹੜਾ ਸੀ ਉਹ ਪੰਜਾਬ ਦੇ ਸੰਘਰਸ਼ ਕੀਤਾ। ਉਹਨਾਂ ਨੇ ਰੇਲਾਂ ਰੋਕੀਆਂ, ਸੜਕਾਂ ਰੋਕੀਆਂ, ਮੋਹਰ ਰੋਕੇ, ਬੀਜੇਪੀ ਵਾਲਿਆਂ ਦੇ ਘਰਾਂ ਦੇ ਘਰਾਓ ਕੀਤੇ ਗਏ ਅਤੇ ਸੈਂਟਰ ਦੀ ਸਰਕਾਰ ਨੇ ਲੋਕਾਂ ਨੂੰ ਭੰਡਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਖਾਲਿਸਤਾਨੀ ਆ, ਇਹ ਵੱਖਵਾਦੀ ਆ, ਵਿਚੋਲੀਏ, ਪਤਾ ਨਹੀਂ ਕੀ ਆ। ਅਤੇ ਜਦੋਂ ਜੀ 26 ਦਸੰਬਰ ਤੋਂ 25 ਦਸੰਬਰ ਤੋਂ ਲਗਾਤਾਰ ਦਿੱਲੀ ਦੇ ਵਿੱਚ ਵਾਧਾ ਹੋਇਆ ਅਤੇ ਸਾਰੀ ਦੁਨੀਆ ਨੂੰ ਇਹਦੀ ਖਬਰ ਸਹੀ ਲੱਗੀ ਆ ਕਿ ਪੰਜਾਬ ਦੇ ਲੋਕ ਇਹੋ ਜਿਹੇ ਲੋਕ ਨੇ ਜਿਹੜਾ ਆਪਣਾ ਵੀ ਹੱਕ ਲੈਣਾ ਜਾਣਦੇ ਨੇ ਅਤੇ ਦੂਸਰਿਆਂ ਲੋਕਾਂ ਨੂੰ ਹੱਕ ਲੈ ਕੇ ਦੇਣਗੇ। ਆਸ ਕਰਕੇ ਬੈਠੀ ਆ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਨੂੰ ਵੱਡਾ ਭਰਾ ਦੇ ਤੌਰ 'ਤੇ ਜਾਣਿਆ ਜਾਂਦਾ, ਬਾਕੀ ਸਾਰੀ ਦੁਨੀਆ ਆਪਣੇ ਆਪ ਨੂੰ ਛੋਟਾ ਭਰਾ ਮੰਨਦੇ ਨੇ। ਸੋ ਲਗਾਤਾਰ 6 ਮਹੀਨੇ ਤੱਕ ਸੈਂਟਰ ਦੀ ਸਰਕਾਰ ਨੇ ਆਪਣੇ ਕਾਨੂੰਨਾਂ ਨੂੰ ਭਾਰੀ ਦੱਸਿਆ, ਸਹੀ ਦੱਸਿਆ। ਜਦੋਂ 7ਵਾਂ ਮਹੀਨਾ ਸ਼ੁਰੂ ਹੋਇਆ 1 ਦਸੰਬਰ ਤੋਂ ਮੰਨਿਆ ਵੀ ਇਹਦੇ 'ਚ 39 ਜਿਹੜੀਆਂ ਖਾਮੀਆਂ, ਇਸ ਵੇਲੇ 80% ਜਿਹੜਾ ਖਾਮੀਆਂ ਭਰਿਆ ਦੱਸਦੇ ਨੇ, ਪਰੰਤੂ 1 ਅੜੀ ਤੇ ਬਜਿੱਦ ਨੇ ਅਤੇ ਉਲਟਾ ਦੱਸਦੇ ਨੇ ਵੀ ਕਿਸਾਨ ਬਜਿੱਦ ਨੇ। ਸੋ ਸਰਕਾਰ ਨੂੰ ਅੱਜ ਵੀ ਸਮਝ ਸੋਚ ਲੈਣਾ ਚਾਹੀਦਾ ਕਿ ਦੁਨੀਆ ਸਾਰੀ ਗੱਲ ਸਮਝ ਚੁੱਕੀ ਆ, ਇਹਨਾਂ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੀ ਆ। ਇਹ ਕਾਨੂੰਨ ਆਮ ਲੋਕਾਂ ਦੀ ਮੌਤ ਦੇ ਵਰੰਟ ਆ। ਇਹਦੇ ਨਾਲ ਕਿਸਾਨ ਨਹੀਂ ਮਰਨਾ, ਮਜ਼ਦੂਰ ਨਹੀਂ ਮਰਨਾ, ਸਭ ਤੋਂ ਪਹਿਲਾਂ ਸ਼ਹਿਰੀ ਅਤੇ ਆਮ ਵਰਗ ਮਰਨਾ ਵਾ। ਕਿਸਾਨ ਤਾਂ ਆਪਣੀ ਖੇਤੀ ਕਰਦਾ, 2-4 ਸਾਲ ਥੋੜ੍ਹਾ ਥੋੜ੍ਹਾ ਉਗਾ ਕਰਕੇ ਖਾਂਦਾ ਰਹੂਗਾ, ਪਰ ਜਿੰਨੇ ਮੁੱਲ ਲੈ ਕੇ ਖਾਣਾ ਉਹਦੇ ਵਾਸਤੇ ਪਹਿਲਾਂ ਮੌਤ ਗਾੜੀ ਆਉਣੀ ਆ। ਸੋ ਇਹਦੇ ਵਾਸਤੇ ਬੱਚਾ ਜਾਣਦਾ ਵਾ, ਸਾਰੇ ਲੋਕ ਜਿਹੜੇ ਆ ਜੰਗ ਦੇ ਮੈਦਾਨ ਦੇ ਵਿੱਚ ਨੇ, ਉਹਨਾਂ ਚਿਰ ਜੰਗ ਦੇ ਮੈਦਾਨ ਦੇ ਵਿੱਚ ਰਹਿਣਗੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। 8 ਮੀਟਿੰਗਾਂ ਹੋ ਚੁੱਕੀਆਂ ਅੱਜ ਤੱਕ, ਉਹਦੇ ਵਿੱਚ ਸਰਕਾਰ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਕੁਛ ਕੀਤਾ ਨਹੀਂ ਆ। ਪਰੰਤੂ ਜਥੇਬੰਦੀਆਂ ਵੀ ਇਹ ਗੱਲ ਜਾਣਦੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਹਿਲਾਂ ਇਹਦੀ ਪਲਾਨਿੰਗ ਕੀਤੀ ਗਈ ਸੀ ਕਿ ਇਹ ਜਿਹੜਾ ਵਾ ਸੰਘਰਸ਼, ਇਹ ਘੋਲ ਬਹੁਤ ਲੰਮਾ ਚੱਲਣ ਦੀ ਆਸ ਆ, 2024 ਤੱਕ ਚਲਾ ਲੈਣ, ਉਹਦੇ ਤੋਂ ਤਾਂ ਅੱਗੇ ਤੱਕ ਵੀ ਚਲਾਉਣਾ। ਉਹ ਤਰਤੀਬ ਦੇ ਨਾਲ ਹੀ ਆਪਣਾ ਜਿਹੜਾ ਵਾ ਵਾਰੀਆਂ ਲੱਗੀਆਂ ਵਾ, ਕਿਹੜੇ ਕਿਹੜੇ ਜ਼ਿਲ੍ਹੇ ਨੇ ਕਦੋਂ ਜਾਣਾ, 20-20 ਦਿਨ ਦਾ ਉੱਥੇ ਗਰੁੱਪ ਲਾ ਕੇ, ਦੂਸਰਾ ਗਰੁੱਪ ਜਦੋਂ ਜਾਂਦਾ ਵਾ ਅਤੇ ਪਹਿਲੇ ਗਰੁੱਪ ਨੂੰ ਛੁੱਟੀ ਕੀਤੀ ਜਾਂਦੀ ਆ। ਇਹ ਤਰੀਕੇ ਨਾਲ ਕਾਫਲੇ ਵੱਧਦੇ ਜਾਂਦੇ ਨੇ, ਕਿਤੇ ਕੋਈ ਇੱਕਾ-ਦੁੱਕਾ ਟਰਾਲੀ ਆਉਂਦੇ ਆ ਅਤੇ 10-10 ਟਰਾਲੀਆਂ ਰੋਜ਼ ਦੀਆਂ ਆਪ ਮਹਾਰੇ ਲੋਕ ਜਾਂਦੇ ਨੇ। ਸੋ ਲੋਕਾਂ ਦੇ ਵਿੱਚ ਇੰਨੀ ਜਾਗਰਤਾ ਆ ਗਈ ਆ ਕਿ ਇਸ ਵੇਲੇ ਆਪਣੇ ਆਉਣ ਵਾਲੇ ਸਮੇਂ ਨੂੰ ਬਚਾਉਣ ਵਾਸਤੇ ਲੜਨਾ ਜ਼ਰੂਰੀ ਹੈ। ਦੇਖੋ ਜਿਹੜਾ ਐਤਕੀ ਲੋਹੜੀ ਪੂਰੇ ਉੱਤਰ ਭਾਰਤ ਵਿੱਚ ਅਤੇ ਦੇਸ਼ ਦਾ ਇੱਕ ਵੱਡਾ ਹਿੱਸਾ ਮਕਰ ਸੰਕ੍ਰਾਂਤੀ ਮਨਾਉਂਦਾ ਵਾ, ਉਹਦੇ ਧਿਆਨ ਵਿੱਚ ਰੱਖਦਿਆਂ ਐਤਕੀ ਜਿਹੜਾ ਅਸੀਂ ਜਿਹੜੇ ਖੇਤੀ ਦੇ 3 ਬਿੱਲ ਆ ਉਹ ਪਰੰਪਰਾਗਤ ਤੌਰ 'ਤੇ ਲੋਹੜੀ ਮਨਾਈ ਜਾਊਗੀ, ਜਥੇਬੰਦੀਆਂ ਦੇ ਝੰਡੇ ਲੈ ਕੇ
ठीक है मोदी सरकार के खिलाफ नारेबाजी तो बिल फूके जाएंगे आर की लोहड़ी के त्यौहार के सारी 26 जनवरी की तैयारी जी आ रिहर्सल आप जी परेड करवानी है टाइटर परेड वो तैयारी वजो तो टारगेट देता क्योंकि 13 का आंकड़ा बड़ा मशहूर आ असी कहने 13 करोड़ बिलों दिया कापियां साड़ांगे पूरी दुनिया के पंजाब देश से पूरी दुनिया के लोग 13 करोड़ कापियां साड़नगे 14 नूं माघी आ शहीदां दा दिहाड़ा वह भी मनाया जाऊगा। सो इस तरीके दे नाल जड़े आ 26 जनवरी की तैयारी की मुहिम होर तेज़ की जाऊगी। 12 नूं अमृतसर के हजारां ट्रैक्टर ट्रालियां का चौथा जत्था गोल्डन गेट तो लैके ब्यास पुल तक अमृतसर का तुरूगा। अगले जथे जिहड़े आ अगले बन्ने कपूरथले भलत तो रल सकते आ गाह जलंधर आ लुधियाणा वा पंजाब के होर हिस्से शामिल होणगे। इहदों गाह पंजवां जत्था साडा 20 जनवरी नूं तरन तारन का होर ना पंजाब का रवाना होगा। असी ये 26 की परेड की अपील कर रहे पूरी दुनिया के लोगों नूं भी यह दुनिया का सब तो वड्डा अंदोलन असी कर सकते हैं तो हो भी जाना वा। उहदे विच लखां ट्रैक्टर पंजाब दे पंजाब के सबका फौजियों नूं बेनती आ हरियाणा के सबका फौजियों नूं बेनती आ भी जिस किस्म का केंद्र सरकार का रौं रवैया वा मीटिंगां तो को बहुती आस सानूं नहीं करनी चाहीदी। 26 का जिहड़ा गणराज दिहाड़ा वा उहदे विच जिहड़ी ट्रैक्टरां की परेड करनी आ किसानां दी पहलो जवान करदे सी हुण किसान भी परेड करनगे इहनूं असीं पूरी दुनिया का सब तो वड्डा एक्शन बना दीए ते मैनूं आस आ पंजाब के नौजवानों तो तुसीं वर्कशापां ते पता करो जाके तैयारियां हो रही बड़े वड्डे पद्धर ते तो करनगे भी वड्डे पद्धर ते ते असीं मोदी सरकार दियां 26 जनवरी के दिहाड़े में जड़ां हिला के रख देंगे पूरी दुनिया के मोदी सरकार का चेहरा नंगा कर च कामयाब होवांगे। अज की कीता जी अज असी लोहड़ी दे त्यौहार नूं ध्यान में रखदिया उहदी शुरुआत की है इस तरीके भुग्गे ला के जिहड़े खेती के बिल आ साड़े जाने। प्राइम मुद्दे लई अमृतसर तो हरजीत गरेवाल की रिपोर्ट।